ਸੁਨੇਹਾ ਦੇਣਾ ਚਾਹੁੰਦੇ ਹੋ 6 ਦਿਨ ਬਾਅਦ ਅੱਜ ਜਿਹੜੀ ਉਹਦੀ ਮੌਤ ਹੋ ਗਈ? ਦੇਖੋ, ਬੜੀ ਦੁਖਦਾਈ ਘਟਨਾ ਹੋਈ ਹੈ ਸੰਗਰੂਰ 'ਚ, ਪੰਜਾਬ 'ਚ। ਜਿਹੜਾ ਇੱਕ 2 ਸਾਲ ਦਾ ਮਾਸੂਮ ਬੱਚਾ ਫਤਿਹਵੀਰ, 6ਵੇਂ ਦਿਨ ਉਹਦੀ ਡੈੱਡ ਬੋਡੀ ਜਿਹੜੀ ਆ ਬੋਰਵੈਲ ਵਿੱਚੋਂ ਕੱਢੀ ਗਈ ਹੈ। ਔਰ 6 ਦਿਨ ਕਿਸ ਤਰ੍ਹਾਂ ਉਹ ਬੱਚਾ, ਬੱਚੇ ਦੇ ਮਾਂ ਬਾਪ, ਉਹਦੀ ਜਾਣ ਲਈ ਅਰਦਾਸਾਂ ਕਰਨ ਵਾਲੇ ਉਹ ਲੋਕ, ਉਹਨਾਂ ਦੀਆਂ ਉਮੀਦਾਂ ਕਿੱਦਾਂ ਟੁੱਟ ਗਈਆਂ, ਇਹ ਬੜੀ ਅਫਸੋਸ ਵਾਲੀ ਗੱਲ ਹੈ। ਉੱਥੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਪ੍ਰਸ਼ਾਸਨ ਨੇ ਕੀ ਕੀਤਾ, ਸਰਕਾਰ ਵਿੱਚ ਬੈਠੇ ਲੋਕਾਂ ਨੇ ਕੀ ਕੀਤਾ, ਔਰ ਉਹਨਾਂ ਨੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀ, ਅਰਦਾਸਾਂ ਸੀ, ਉੱਤੇ ਬਿਲਕੁਲ ਕੋਸ਼ਿਸ਼ ਨਹੀਂ ਕੀਤੀ। ਉਸ ਬੱਚੇ ਨੂੰ ਬਚਾਉਣ ਦੀ ਗੰਭੀਰਤਾ ਨਾਲ ਕੋਸ਼ਿਸ਼ ਨਹੀਂ ਹੋਈ। ਕੇਂਦਰ ਸਰਕਾਰ ਦੀਆਂ ਜਿਹੜੀਆਂ ਫੋਰਸਿਸ ਆ, ਆਰਮੀ ਦੀਆਂ ਫੋਰਸਿਸ ਨੂੰ ਬੁਲਾਉਣਾ ਚਾਹੀਦਾ ਸੀ। ਇਹਨਾਂ ਨੇ, ਪੰਜਾਬ ਸਰਕਾਰ ਨੇ ਦੇਸੀ ਤਰੀਕੇ ਨਾਲ ਇਹ ਰੌਲੇ ਰੱਪੇ 'ਚ ਇਹ ਕੋਸ਼ਿਸ਼ ਕਰਦੇ ਰਹੇ, ਉਹ ਵੀ ਮੀਡੀਆ ਦੇ ਲਗਾਤਾਰ ਇਸ ਮਾਮਲੇ ਨੂੰ ਲੋਕਾਂ ਸਾਹਮਣੇ ਲਿਆਉਣ ਕਾਰਨ ਸਰਕਾਰ ਨੇ ਮਾੜੀ ਮੋਟੀ ਗੰਭੀਰਤਾ ਦਿਖਾਈ, ਉਹ ਵੀ ਦੇਸੀ ਤਰੀਕਿਆਂ ਨਾਲ, ਉਹ ਵੀ ਘਟੀਆ ਤਰੀਕਿਆਂ ਦੇ ਨਾਲ। ਅਤੇ ਲੇਕਿਨ ਉਹਨੂੰ, ਉਹਦੀ ਜਾਨ ਨਹੀਂ ਬਚਾਈ ਜਾ ਸਕੀ। 6ਵੇਂ ਦਿਨ ਉਹਨੂੰ ਪੁਲਿਸ ਦਾ ਇੱਕ ਘੇਰਾ ਬਣਾ ਕੇ ਉੱਥੋਂ ਲੈ ਕੱਢਿਆ ਗਿਆ ਔਰ ਉਹਨੂੰ ਸਿੱਧੇ ਹੌਸਪੀਟਲ ਲੈ ਕੇ ਗਏ, ਅਤੇ ਉੱਥੇ ਜਾ ਕੇ, ਚੰਡੀਗੜ੍ਹ ਜਾ ਕੇ ਉਹਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਤੁਹਾਨੂੰ ਨਹੀਂ ਲੱਗਦਾ ਫਤਿਹਵੀਰ ਨੂੰ 6 ਦਿਨ ਲੱਗ ਗਏ ਕੱਢਣ 'ਤੇ? ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਜਿਹੜੇ ਵੀ ਇਹਦੇ, ਜਿਨ੍ਹਾਂ ਦੀ ਨਗੈਲੀ ਪਾਈ ਜਾਵੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਦੇਖੋ, ਬਿਲਕੁਲ ਸਹੀ ਗੱਲ ਹੈ, ਤਾਂ ਕਿ ਇਹਦੀ ਪੂਰੀ ਜਾਂਚ, ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿਹੜੇ ਪ੍ਰਸ਼ਾਸਨ ਦੇ ਲੋਕ ਜਾਂ ਕੁਝ ਹੋਰ ਲੋਕ ਜਿਹੜੇ ਆ ਸੱਤਾ 'ਚ ਬੈਠੇ ਲੋਕ, ਜਿਹੜੇ ਆਪਣੀ ਸੱਤਾ ਦੀ ਟਸਲ ਦੀ ਲੜਾਈ ਲੜ ਰਹੇ ਆ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ। ਤੁਸੀਂ ਦੇਖਿਆ, 6 ਦਿਨ ਮਾਣਯੋਗ ਮੁੱਖ ਮੰਤਰੀ ਜੀ ਜਾਂ ਕੋਈ ਹੋਰ ਪਾਵਰਫੁਲ ਮਿਨਿਸਟਰ, ਉਹਨਾਂ ਨੇ ਕੋਈ ਪਰਵਾਹ ਹੀ ਨਹੀਂ ਦਿਖਾਈ। ਉਹ ਕਿਤੇ ਉੱਥੇ ਮੌਕੇ 'ਤੇ ਗਏ ਨਹੀਂ। ਈਵਨ ਉਸ ਹਲਕੇ ਦਾ ਮੈਂਬਰ ਪਾਰਲੀਮੈਂਟ ਜਿਹੜਾ ਤਾਜ਼ਾ ਜਿੱਤਿਆ ਹਲੇ, ਭਗਵੰਤ ਮਾਨ ਵੀ ਉੱਥੇ ਨਹੀਂ ਪਹੁੰਚਿਆ। ਉਹਨੇ ਵੀ ਲੋਕਾਂ ਦੀਆਂ ਜੇਬਾਂ ਵਿੱਚੋਂ ਵੋਟਾਂ ਕੱਢ ਕੇ ਆਪ ਹੁਣ ਪਤਾ ਨਹੀਂ ਕਿੱਥੇ ਫੁਰ ਹੋ ਗਿਆ। ਇਹ ਬਿਲਕੁਲ ਉਸ ਪਰਿਵਾਰ ਦੇ ਨਾਲ, ਉਸ ਬੱਚੇ ਦੇ ਨਾਲ, ਪੰਜਾਬ ਦੀ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਬੇਇਨਸਾਫੀ ਹੋਈ ਆ। ਇਹਦੀ ਪ੍ਰੋਪਰ ਇਨਕੁਆਇਰੀ, ਜਾਂਚ ਹੋਣੀ ਚਾਹੀਦੀ ਆ ਔਰ ਦੋਸ਼ੀ ਬੰਦਿਆਂ ਨੂੰ ਇੱਕ ਪੂਰੀ ਡਿਟੇਲਡ ਰਿਪੋਰਟ ਬਣਾ ਕੇ ਉਹਨਾਂ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਤਾਂ ਕਿ ਗਾਂਹ ਤੋਂ ਪ੍ਰਸ਼ਾਸਨ ਵਿੱਚ ਬੈਠੇ ਲੋਕ ਜਿਹੜੇ ਆ ਉਹ ਇਹੋ ਜਿਹੀ ਘਟਨਾ ਨਾ ਹੋਣ ਦੇਣ।